ਫਸਟ ਐਕਸਪੀਰੀਅੰਸ ਸੀਗਾ ਜੀ ਅੱਜ ਇੱਥੇ ਵਿਧਾਨ ਸਭਾ ਚੋਣ ਦਾ ਜੀ। ਜੋ ਗੱਲਾਂ ਬਾਈ ਜੀ ਉਸ ਟਾਈਮ ਕਰਦੇ ਹੁੰਦੇ ਸੀਗੇ ਦੈਟ ਟਾਈਮ ਚਿੰਤਤ ਹੁੰਦੇ ਸੀਗੇ ਵੀ ਆਹ ਜਿਹੜੀਆਂ ਬਰੀਕੀਆਂ ਹੋ ਰਹੀਆਂ ਨੇ ਜਾਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਸੋ ਉਹਨਾਂ ਦੇ ਖਿਲਾਫ਼ ਜੋ ਵੀ ਡਟ ਕੇ ਖੜੇ ਨੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਮੈਨੂੰ ਲੱਗਦਾ ਗਲਤ ਕੰਮ ਸੀ ਉਹ ਰੋਕੇ ਵੀ ਨੇ, ਜਿਹੜਾ ਜਿਹੜਾ ਲੱਗਦਾ ਜਿਵੇਂ ਜਿਵੇਂ ਲੱਗਦਾ ਉਵੇਂ ਵਿਅੰਗ ਉਹਨਾਂ ਦੇ ਅੱਜ ਵੀ। ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਸੀ ਤਾਂ ਅੱਜ ਖਾਸ ਮਹਿਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਸਾਥੀ ਪਹੁੰਚੇ। ਪੁਰਾਣੇ ਸਾਥੀ ਕਿਵੇਂ ਲੱਗਾ ਜਦੋਂ ਮੁੱਖ ਮੰਤਰੀ? ਫਸਟ ਐਕਸਪੀਰੀਅੰਸ ਸੀਗਾ ਜੀ ਅੱਜ ਇੱਥੇ ਵਿਧਾਨ ਸਭਾ ਚੋਣ ਦਾ ਜੀ, ਤਾਂ ਬਹੁਤ ਵਧੀਆ ਲੱਗਿਆ ਜਿਹੜਾ ਅੱਜ ਬਿੱਲ ਪਾਸ ਕੀਤਾ, ਸੋ ਸਾਰਾ ਲੋਕਾਂ ਦੇ ਹਿੱਤ ਚ ਹੈ ਔਰ ਹਰ ਇੱਕ ਬੰਦਾ ਜਿਹੜਾ ਇੱਕ ਆਪਣਾ ਮਕਾਨ ਬਣਾਉਣ ਦਾ ਸੋਚਦਾ, ਸੋ ਜਿਹੜੇ ਫਸੇ ਹੋਏ ਨੇ ਵਿਚਾਰੇ ਜਿਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਜਾਂ ਜਿਹੜੇ ਇਲੀਗਲ ਕਲੋਨੀਆਂ ਦੇ ਵਿੱਚ ਫਸੇ ਹੋਏ ਨੇ, ਸੋ ਉਹਨਾਂ ਨੂੰ ਇੱਕ ਰਾਹਤ ਮਿਲੀ ਆ ਬਹੁਤ ਵੱਡੀ, ਸੋ ਥੈਂਕਸ ਕਰਨਾ ਚਾਹੀਦਾ ਮਾਨ ਸਾਹਿਬ ਦਾ ਔਰ ਅੱਜ ਫਸਟ ਐਕਸਪੀਰੀਅੰਸ ਸੀਗਾ ਬਹੁਤ ਵਧੀਆ ਲੱਗਿਆ। ਤੇ ਬਾਈ ਤੁਸੀਂ ਤਾਂ ਉਸ ਦੌਰ ਵੀ ਦੇਖਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਜੁਗਨੂ ਮਸਤ ਮਸਤ, ਤੁਸੀਂ ਉਹ ਰੂਪ ਦੇਖਿਆ ਔਰ ਅੱਜ ਵਿਧਾਨ ਸਭਾ ਦਾ ਰੂਪ ਦੇਖਿਆ, ਕੀ ਫਰਕ ਨਜ਼ਰ ਆਇਆ ਤੁਹਾਨੂੰ? ਮੈਨੂੰ ਇਹ ਲੱਗਦਾ ਕਿ ਜੋ ਗੱਲਾਂ ਬਾਈ ਜੀ ਉਸ ਟਾਈਮ ਕਰਦੇ ਹੁੰਦੇ ਸੀਗੇ ਦੈਟ ਟਾਈਮ ਚਿੰਤਤ ਹੁੰਦੇ ਸੀਗੇ ਵੀ ਆਹ ਜਿਹੜੀਆਂ ਬਰੀਕੀਆਂ ਹੋ ਰਹੀਆਂ ਨੇ ਜਾਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਸੋ ਉਹਨਾਂ ਦੇ ਖਿਲਾਫ਼ ਜੋ ਵੀ ਡਟ ਕੇ ਖੜੇ ਨੇ ਔਰ ਉਹਨਾਂ ਵਧੀਕੀਆਂ ਦੇ ਖਿਲਾਫ਼ ਖੜੇ ਨੇ, ਹੁਣ ਉਹਨਾਂ ਦੇ ਹੱਥ 'ਚ ਇਹ ਮੌਕਾ, ਉਹਨਾਂ ਨੇ ਬਹੁਤ ਸਾਰੇ ਜਿਹੜੇ ਮੈਨੂੰ ਲੱਗਦਾ ਗਲਤ ਕੰਮ ਸੀ ਉਹ ਰੋਕੇ ਵੀ ਨੇ ਔਰ ਲੋਕ ਖੁਸ਼ ਵੀ ਨੇ ਕਾਫ਼ੀ ਹੱਦ ਤੱਕ, ਹੈ ਨਾ, ਜਿਵੇਂ ਪਾਣੀ ਲੋਕਾਂ ਨੂੰ ਮਿਲਿਆ ਖੇਤਾਂ ਦੇ ਵਿੱਚ, ਬਿਜਲੀ ਲੋਕਾਂ ਨੂੰ ਮਿਲ ਰਹੀ ਹੈ ਨਿਰਵਿਘਨ, ਸੋ ਮੈਨੂੰ ਲੱਗ ਰਿਹਾ ਕਿ ਹਾਲੇ ਪਿਆ ਮਾਨ ਸਾਹਿਬ ਕੋਲ ਟਾਈਮ, ਹੋਰ ਚੰਗਾ ਜਿਹੜਾ ਤੁਹਾਨੂੰ ਲੱਗਦਾ ਸਾਨੂੰ ਦੇਖਣ ਨੂੰ ਮਿਲੂਗਾ ਪੰਜਾਬ। ਜੁਗਨੂ ਮਸਤ ਮਸਤ ਵਿੱਚ ਤੁਸੀਂ ਵਿਅੰਗ ਕੱਸਦੇ ਸੀ ਸਿਆਸੀ ਲੀਡਰਾਂ ਦੇ ਉੱਤੇ, ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਿਆਸੀ ਲੀਡਰ ਨੇ, ਕੁਝ ਪੁਰਾਣੀਆਂ ਗੱਲਾਂ ਯਾਦ ਆਈਆਂ? ਮਾਨ ਸਾਹਿਬ ਅੱਜ ਵੀ ਵਿਅੰਗ ਕਰੀ ਜਾਂਦੇ ਜੀ, ਦੇਖੋ ਸਾਰਿਆਂ ਦੇ ਉੱਤੇ, ਹੈ ਨਾ, ਤਾਂ ਉਹਨਾਂ ਨੂੰ ਜਿਹੜਾ ਜਿਹੜਾ ਲੱਗਦਾ ਜਿਵੇਂ ਜਿਵੇਂ ਲੱਗਦਾ ਉਵੇਂ ਵਿਅੰਗ ਉਹਨਾਂ ਦੇ ਅੱਜ ਵੀ। ਤੁਸੀਂ ਕਦੀ ਦਵਾ ਲਾਉਂਦੇ ਹੋ ਹੁਣ ਸੀਐਮ ਸਾਹਿਬ ਦੇ ਜਦੋਂ ਸਿਆਸੀ ਲੀਡਰ? ਅਸੀਂ ਤਾਂ ਦੇਖੋ ਮੇਰਾ ਥੋੜਾ ਰਾਜਨੀਤੀ ਚ ਘੱਟ ਰੁਝਾਨ ਤੇ ਬਹੁਤ ਘੱਟ ਗੱਲਬਾਤ ਹੁੰਦੀ ਹੈ, ਅੱਜ ਬਹੁਤ ਵਕਫੇ ਮਗਰੋਂ ਮਾਨ ਸਾਹਿਬ ਨੂੰ ਮਿਲਣ ਦਾ ਟਾਈਮ ਮਿਲਿਆ, ਸੋ ਇੱਥੇ ਇੱਕ ਸਾਡੀ ਦਿਲ ਦੀ ਇੱਛਾ ਸੀਗੀ ਕਿ ਬੈਠੀਏ ਜਾ ਕੇ ਵਿਧਾਨ ਸਭਾ ਦੇ ਇੱਕੀ ਸੈਸ਼ਨ ਕਿਵੇਂ ਹੁੰਦਾ, ਲਾਸਟ ਸਵਾਲ ਦੇਖਣ ਦਾ ਮੌਕਾ ਮਿਲਿਆ। ਜੁਗਨੂ ਚ ਤੇ ਮੁੱਖ ਮੰਤਰੀ ਭਗਵੰਤ ਮਾਨ ਚ ਕੀ ਫਰਕ ਜਾਂ ਕੀ ਤੁਹਾਨੂੰ ਕੁਆਲਿਟੀ ਨਜ਼ਰ ਆਈ? ਮੈਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਤੇ ਉਹ ਸਟਾਇਰ ਕਰਦੇ ਹੁੰਦੇ ਸੀਗੇ, ਅੱਜ ਉਹਨਾਂ ਗੱਲਾਂ ਤੇ ਉਹ ਜਿਹੜੀਆਂ ਬਦਖਿਲਾਫੀਆਂ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਕੰਟਰੋਲ ਕੀਤਾ ਕਾਫੀ ਹੱਦ ਤੱਕ। ਥੈਂਕ ਯੂ। ਤਾਂ ਲਗਾਤਾਰ ਜਿਹੜੇ ਜੁਗਨੂ ਮਸਤ ਮਸਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕੱਠੇ ਕਰੀਅਰ ਸ਼ੁਰੂ ਕੀਤਾ ਸੀ, ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖਣ ਆਏ ਤਾਂ ਕਾਫੀ ਇੰਸਪਾਇਰ ਵੀ ਹੁੰਦੇ ਹੋਏ ਨਜ਼ਰ ਆਏ ਨੇ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਵਿਧਾਨ ਸਭਾ।